गबरू.com देख रहे सारे दर्शकों नु गबरू वालों देसी पांचा जी, क्योंकि आज दा साडा खास एपिसोड खास सेलिब्रिटी नाल खास खाने नाल है। तुसी सारे गैस कर सकदे हो, जुत्ती पटियाले दी लाहौर दियां बालियां, प्लीज वेलकम कौरवी विद जोरदार तालियां। वाह 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 देसी पांचा कौरवी जी, थैंक यू सो मच। सत श्री अकाल जी सारिआं नु, मैनु देख रहे सारे पंजाबीआं नु, सारे श्रोतिआं नु प्यार भरी सत श्री अकाल। हां सारे नेबर फ्लाइंग की सोचे जी, ओहो इन्नी प्यारी फ्लाइंग किस। तुहानू खान पीन दा शौक है ना, लगदा मैनू वेख के दिमाग ने दिता सी जी। अच्छा कहिंदे सोहना सोहना खाओ ते सोहना सोहना बनाओ डब्बा। ओए होए मैं थोड़े लिए स्पेशल स्पेशल चीजां लेके आया जी। ये तो मैं सरप्राइज रखे, तुसी क्यों देख लिया? असि सारे नु दस दी एक बारी कि कौन भी जी ने ये देख के नहीं क्यों गया, एक बार दिखा दंदे हो तुसी, मेरा सरप्राइज खराब करता कौन जी। आ देखो, नहीं 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 इनू कहने सलेटियां। हुण तुहाडे तो पहला सवाल यही पुछदे आपां, इनू देख के तुसी नहीं क्यों किया? छोटे हुंदे तां हां हां कहंदे सी इनू देख के। शर्मा गए हां जी, मैं बहुत खादियां ने सलेटियां, आज तुसी मैनू फाड़ ही लिया। पहले इंटरव्यू है मिला था जी, इस ए मैं दस रही हां, पहला भी एक वारी दस्या सी बट ओ हजे इंटरव्यू मेरी आई नहीं, सॉरी। पर सारे खांदे ने, मैं कल्ली ने थोड़ा खादी है। सही गल है, सारे खांदे, सारे मेरे नाल सहमत ने, मेनू पता सारे खांदे ने, छोटे हुंदे सारे ने खांदे ने, ते तुसी भी खादी होनी है। मैं तो जी रोटी खान दे ना जोर दे करे, स्लेटियां ते कदे गया ही नहीं मैं। रोटी वाला काम थोड़ा कट करो वैसे। हां स्लेटी वाला जे शुरू करता फिर मैं मेंटेन हो जाऊंगा। हां स्लेटियां खा खा के मेरा गला देखो वधिया बना दा ना। एदा ना सोचो कि असि सिर्फ स्लेटी लेके आए हां, असि देखो रसमलाई लगया ਆਪਾਂ ਸਲੇਟੀਆਂ ਨਾਲ ਖੁਸ਼ ਕਰਤਾ। ਦੇਖਿਆ ਅਸੀਂ ਕਿਸੇ ਨੂੰ ਵੀ ਕਿਸੇ ਵੀ ਚੀਜ਼ ਨਾਲ ਪਟਾ ਸਕਦੇ ਹਾਂ, ਅਸੀਂ ਸਲੇਟੀਆਂ ਨਾਲ ਦੇਖੋ ਇੰਪ੍ਰੈਸ ਕਰਤਾ। ਕੈਂਟ ਥੈਂਕ ਯੂ, ਥੈਂਕ ਯੂ ਕਹਿੰਦੀ ਕੋਈ ਲੋੜ ਨਹੀਂ ਜੀ, ਥੈਂਕ ਯੂ। ਇਹ ਤੁਸੀਂ ਬਣਾਇਆ? ਸਾਰਿਆਂ ਦਾ ਹਮੇਸ਼ਾ ਇੱਕੋ ਹੀ ਸਵਾਲ ਹੁੰਦਾ ਇਹ ਕਿਹਨੇ ਬਣਾਇਆ, ਤੇ ਮੈਂ ਕਦੇ ਨਹੀਂ ਦੱਸਦਾ ਇਹ ਕਿਹਨੇ ਬਣਾਇਆ। ਇਹ ਮੈਂ ਸਪੈਸ਼ਲ ਬਣਵਾਇਆ, ਬਣਾ ਤਾਂ ਮੈਂ ਸਕਦਾ ਨਹੀਂ ਨਾ, ਜਿਹੜੀ ਮਸ਼ੀਨ ਖਾਣ ਵਾਲੀ ਹੈ ਉਹ ਬਣਾਉਣ ਵਾਲੀ ਨਹੀਂ ਹੋ ਸਕਦੀ। ਨਹੀਂ ਬਣਾਣਾ ਵੀ ਹੋਣਾ ਚਾਹੀਦਾ ਨਾ, ਕਈ ਵਾਰੀ ਬੰਦਾ ਇਕੱਲਾ ਫਸ ਜੇ, ਥੋੜਾ ਦਾ ਸਰਨਾ ਵੀ ਥੋੜੇ ਨਾਲ। ਮੇਰੇ ਨਾਲ ਤਾਂ ਕੰਡੀਸ਼ਨ ਪਤਾ ਕਿ ਮੈਂ ਇਕੱਲਾ ਫਸ ਸਕਦਾ, ਇੰਨਾ ਮੋਟਾ ਸਰੀਰ ਹੈ, ਜਗ੍ਹਾ ਕਿਤੇ ਨਾ ਹੋਈ ਮੈਂ ਤਾਂ ਫਸ ਜਾਊਂਗਾ ਕਿਤੇ ਵੀ। ਚਲੋ ਬਣਾਣਾ ਵੀ ਆਣਾ ਚਾਹੀਦਾ, ਜ਼ਰੂਰ ਜ਼ਰੂਰ ਮੈਂ ਸਿੱਖੂੰਗਾ ਸਿੱਖੂੰਗਾ। ਬਹੁਤ ਟੇਸਟੀ ਹੈ, ਥੈਂਕ ਯੂ ਜੀ, ਮੇਰੇ ਲਈ ਤੁਸੀਂ ਇੰਨਾ ਵਧੀਆ ਵਧੀਆ ਖਾਣਾ ਲੈ ਕੇ ਆਏ ਹੋ, ਤੇ ਮੇਰੇ ਲਈ ਤੁਸੀਂ ਸਲੇਟੀਆਂ ਲੈ ਕੇ। ਸਲੇਟੀਆਂ ਸਭ ਤੋਂ ਖਾਸ ਚੀਜ਼ ਹੈ, ਅੱਜ ਦੇ ਐਪੀਸੋਡ ਦਾ ਨਾਮ ਆਪਾਂ ਰੱਖਾਂਗੇ ਸਲੇਟੀਆਂ। ਗੈਸ ਸਲੇਟੀਆਂ, ਹਾਂਜੀ। ਅਸੀਂ ਨਾ ਮੈਂ ਤੁਹਾਡੇ ਸਾਰੇ ਸੌਂਗਸ ਸੁਣਦਾ, ਸਾਰੇ ਸੌਂਗਸ ਤੁਹਾਡੇ ਮੇਰੇ ਦਿਲ ਦੇ ਕਰੀਬ ਨੇ, ਮਤਲਬ ਇੰਨਾ ਸੋਹਣਾ ਤੁਸੀਂ ਗਾਉਂਦੇ ਹੋ। ਮੇਰਾ ਦਿਲ ਵੀ ਹੈਗਾ ਹੈਗਾ ਮਾਸ ਥੋੜਾ ਮੇਰੇ ਤੇ ਜ਼ਿਆਦਾ ਦਿਲ ਹੈਗਾ। ਮਿਲ ਗਿਆ, ਕੀ ਹੋਇਆ ਦਿਲ? ਪਰ ਇੱਕ ਤੁਹਾਡਾ ਹੈਗਾ ਦਿਲ ਮਾਸ ਤੇ, ਤੁਹਾਡਾ ਇੱਕ ਸੌਂਗ ਮੇਰੇ ਨਾ ਟਿੱਡ ਤੇ ਬਹੁਤ ਕਰੀਬ ਹੈ। ਹਾਏ ਇਦਾਂ ਦਾ ਕੋਈ ਗਾਣਾ ਹੀ ਨਹੀਂ ਮੇਰਾ। ਹੈਗਾ ਹੈਗਾ ਕਰਾਂ ਵੇਟ, ਮੈਂ ਪੀਜ਼ਾ ਹਟ ਤੇ, ਪੀਜ਼ਾ ਹਟ ਸੁਣਦੇ ਨਾ ਮੈਨੂੰ ਇਦਾਂ ਐ ਹੁੰਦਾ ਵੀ ਮੈਂ ਖਾ ਲਾਂ ਪੀਜ਼ਾ। ਇੱਕ ਵਾਰੀ ਤੁਸੀਂ ਗਾਣਾ ਸੁਣਾ ਦਿਓ ਮੇਰੇ ਲਈ। ਹਾਂ ਕਰਾਂ ਵੇਟ, ਮੈਂ ਪੀਜ਼ਾ ਹਟ ਤੇ, ਜਿਹੜੀ ਵੇਟ ਕਰਦੀ ਹੋਊਗੀ ਉਹ ਤਾਂ ਨਹੀਂ ਯਾਦ ਆਉਂਦੀ ਹੋਊਗੀ, ਪੀਜ਼ੇ ਲਈ ਆਉਂਦੇ ਹੋਣਗੇ। ਆਪਣਾ ਮੇਨ ਫੋਕਸ ਹੁੰਦਾ ਪੀਜ਼ਾ। ਚਲੋ ਵੇਟ ਤਾਂ ਚਲੋ ਕੋਈ ਵੀ ਕਰਦਾ, ਬਟ ਗਾਣਾ ਮੇਰੇ ਟਿੱਡ ਤੇ ਬਹੁਤ ਕਰੀਬ ਹੈ, ਇੱਕ ਵਾਰੀ ਸੁਣਾ ਦਿਓ। ਲਓ ਜੇ ਕਰੀ ਆਪਾਂ ਮੋਟੂ ਦੇ ਲਈ ਗਾਣਾ ਗਾ ਦਈਏ, ਪੀਜ਼ਾ ਹਟ ਮੇਰਾ ਪਹਿਲਾ ਗਾਣਾ ਸੀ, ਬਹੁਤ ਪਸੰਦ ਕੀਤਾ ਸਾਰਿਆਂ ਨੇ, ਥੈਂਕ ਯੂ ਜੀ। ਉਸ ਤੋਂ ਬਾਅਦ ਫਿਰ ਪੀਜ਼ਾ ਮੰਗਾਉਂਗੇ? ਜ਼ਰੂਰ ਜ਼ਰੂਰ ਜ਼ਰੂਰ, ਸਲੇਟੀਆਂ ਦੇ ਨਾਲ ਖਾਵਾਂਗੇ ਪੀਜ਼ਾ ਚੱਕ ਚੱਕ ਕੇ। ਕਰਾਂ ਵੇਟ ਮੈਂ ਪੀਜ਼ਾ ਹਟ ਤੇ, ਜੱਟ ਖੜਾ ਵੱਟ ਤੇ, ਉਹ ਫਿਕਰਾਂ ਦੇ ਨਾਲ ਮਰ ਰਿਹਾ ਮੈਂ, ਮਰਾਂ ਜੱਟ ਤੇ। ਕਰਾਂ ਵੇਟ ਮੈਂ ਪੀਜ਼ਾ ਹਟ ਤੇ, ਜੱਟ ਖੜਾ ਵੱਟ ਤੇ, ਕਰਾਂ ਵੇਟ ਮੈਂ ਪੀਜ਼ਾ ਹਟ ਤੇ, ਜੱਟ ਖੜਾ ਵੱਟ ਤੇ। ਗਾਣੇ ਦੇ ਵਿੱਚ ਵੀ ਨਾ ਪੀਜ਼ਾ ਸੁਣ ਕੇ ਐ ਹੋ ਰਿਹਾ, ਬਸ ਹੁਣ ਪਹਿਲਾਂ ਪੀਜ਼ਾ ਖਾ ਲਈਏ, ਉਹ ਤੋਂ ਬਾਅਦ ਗੱਲ ਕਰਾਂਗੇ। ਤੁਸੀਂ ਮੈਨੂੰ ਪਹਿਲਾਂ ਦੱਸਣਾ ਸੀ ਮੈਂ ਲੈ ਹੀ ਆਉਂਦੀ। ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਸੀ, ਮੈਂ ਕਿਹਾ ਮੈਂ ਕਿਉਂ ਆਪਣੇ ਲਈ ਸਰਪ੍ਰਾਈਜ਼ ਮੰਗਾ ਲਵਾਂ। ਮੇਰਾ ਸਰਪ੍ਰਾਈਜ਼ ਤਾਂ ਬਹੁਤ ਘੈਂਟ ਹੈ, ਮੈਨੂੰ ਲੱਗਦਾ ਸਲੇਟੀਆਂ ਖਤਮ ਹੋ ਜਾਣਗੀਆਂ, ਮਤਲਬ ਜਿੱਦਾਂ ਹੀ ਇੰਟਰਵਿਊ ਬੰਦ, ਜਿੱਦਾਂ ਹੀ ਕੈਮਰੇ ਬੰਦ। ਨਹੀਂ ਮੈਂ ਹੁਣ ਨਹੀਂ ਖਾਂਦੀ, ਪਹਿਲਾਂ ਖਾਂਦੀ, ਬਟ ਮਤਲਬ ਹੁਣ ਜ਼ਿਆਦਾ ਨਹੀਂ ਖਾਂਦੀ ਕਦੇ ਕਦੇ।
ਤੁਸੀਂ ਹੁਣ ਕੀ ਖਾਂਦੇ ਹੋ? ਮਤਲਬ ਬੀਇੰਗ ਅ ਸਿੰਗਰ ਤੁਹਾਨੂੰ ਇਮਲੀ ਉਮਲੀ ਤਾਂ ਪਰਹੇਜ਼ ਹੋਣਾ ਬਿਲਕੁਲ ਹੀ, ਖੱਟਾ ਨਹੀਂ ਖਾਂਦੇ ਹੋਣੇ? ਅਚਾਰ ਐਵੇਂ ਦੀ ਕੋਈ ਗੱਲ ਨਹੀਂ, ਖਾ ਲੈਂਦੀ ਹਾਂ ਮੈਂ ਜੋ ਮੇਰਾ ਦਿਲ ਕਰਦਾ, ਬਟ ਕਈ ਵਾਰੀ ਜਦੋਂ ਗਲਾ ਖਰਾਬ ਹੁੰਦਾ, ਕਈ ਵਾਰੀ ਜਿੱਦਾਂ ਠੰਡਾ ਪਾਣੀ ਪੀ ਲਿਆ ਜਾਂ ਕੁਛ, ਉਦੋਂ ਮਤਲਬ ਥੋੜਾ ਜਿਹਾ ਪਰਹੇਜ਼ ਕਰ ਲੈਂਦੀ ਹਾਂ, ਅਦਰਵਾਈਜ਼ ਮੈਂ ਖਾਂਦੀ ਹਾਂ ਸਾਰਾ ਕੁਛ ਜੋ ਵੀ ਮੇਰਾ ਦਿਲ ਕਰਦਾ। ਟੈਨਸ਼ਨ ਨਹੀਂ ਹੈ ਜੋ ਖਾਣਾ ਹੈ, ਮਤਲਬ ਬਿਲਕੁਲ ਜਿੱਦਾਂ ਦਾ ਮੈਂ ਹਾਂ ਉਦਾਂ ਦਾ ਹੀ ਹੈ, ਬਸ ਸਾਡਾ ਤਾਂ ਇੱਕ ਹੀ ਫਰਕ ਹੈ। ਪੁੱਛੋ ਕੀ? ਉਹ ਕੀ? ਤੁਸੀਂ ਬਦਲੋ, ਮੈਂ ਤੁਸੀਂ ਆਪ ਹੀ ਖਾ ਗਏ, ਮੈਂ ਤੁਹਾਨੂੰ ਕਿਹਾ ਤਾਂ ਨਹੀਂ ਖਾਓ। ਗਲਤੀ ਹੋ ਗਈ, ਪਲੀਜ਼ ਮੈਨੂੰ ਮਾਫ ਕਰ ਦਿਓ ਪਲੀਜ਼। ਨਹੀਂ ਉਹ ਤੁਹਾਡੇ ਤੁਹਾਡੀ ਗਲਤੀ ਨਹੀਂ ਹੈਗੀ, ਤੁਸੀਂ ਆਪ ਮਜਬੂਰ ਹੋ, ਤੁਹਾਡੇ ਤੋਂ ਕੰਟਰੋਲ ਹੀ ਨਹੀਂ ਹੁੰਦਾ। ਟਿੱਡ ਆਵਾਜ਼ਾਂ ਮਾਰ ਦੋ, ਐਵੇਂ ਥੋੜੀ ਬਾਹਰ ਨਿਕਲੇ ਹੋ, ਇਹ ਤਾਂ ਹੁਣ ਅੰਦਰ ਵੀ ਨਹੀਂ ਹੁੰਦਾ, ਕੋਈ ਮਜਬੂਰੀ ਹੈ ਜੀ। ਨਹੀਂ ਮਿਹਨਤ ਕਰੋ ਥੋੜੀ ਜੀ, ਜ਼ਰੂਰ 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 ਕੱਟ ਖਾਇਆ ਕਰਾਂਗੇ। ਹਾਂਜੀ ਹਾਂਜੀ ਹਾਂਜੀ, ਮੈਂ ਸੁਣਿਆ ਤੋ ਕੁਝ ਦਿਨਾਂ ਬਾਅਦ ਤੁਸੀਂ ਜਾ ਰਹੇ ਹੋ ਟੂਰ ਤੇ ਯੂਕੇ। ਉਧਰ ਯੂਕੇ ਨਹੀਂ ਜਾ ਰਹੇ, ਯੂਐਸਏ ਜਾ ਰਹੇ। ਯੂਐਸਏ ਜਾ ਰਹੇ ਹੋ, ਇਹ ਆਰਐਨਡੀ ਚ ਥੋੜੀ ਜੀ ਗਲਤੀ ਹੋ ਗਈ, ਕੋਈ ਚੱਕਰ ਨਹੀਂ। ਜਿੱਥੇ ਜਾ ਰਹੇ ਹੋ ਉੱਥੇ ਖਾਣ ਪੀਣ ਦਾ ਕਿੱਦਾਂ ਅਰੇਂਜ ਕਰਦੇ ਹੋ ਵੀ? ਇੱਦਾਂ ਦਾ ਤਾਂ ਮਿਲਦਾ ਨਹੀਂ ਹੋਣਾ ਉੱਥੇ? ਹਾਂ ਨਹੀਂ ਮਿਲ ਜਾਂਦਾ, ਐਵੇਂ ਦੀ ਕੋਈ ਪ੍ਰੋਬਲਮ ਨਹੀਂ, ਬਟ ਆਪਾਂ ਹੁਣ ਜਦੋਂ ਸ਼ੋਅ ਤੇ ਹੋਈਦਾ, ਟਰੈਵਲ ਕਰੀਦਾ ਆਉਂਦੇ ਜਾਂਦੇ, ਹਨਾ, ਹੁਣ ਜ਼ਰੂਰੀ ਨਹੀਂ ਹੁੰਦਾ, ਉਹਨਾਂ ਨੂੰ ਪਤਾ ਨਹੀਂ ਕਿ ਕੌਰਬੀ ਨਹੀਂ ਆਉਣਾ ਤੇ ਢਾਬੇ ਸਾਰੇ ਕਿਤੇ ਬਣਾ ਲਈਏ। ਕਈ ਵਾਰੀ ਕਿਤੇ ਨਹੀਂ ਮਿਲਦਾ ਇੰਡੀਅਨ, ਹਨਾ, ਤੇ ਮੇਰੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਉੱਥੇ ਜਾ ਕੇ ਮੈਨੂੰ ਖਾਣ ਪੀਣ ਦੀ ਬੜੀ ਪ੍ਰੋਬਲਮ ਹੁੰਦੀ ਹੈ, ਕਿਉਂਕਿ ਮੈਂ ਘਰ ਦਾ ਫੂਡ ਲਾਈਕ ਕਰਦੀ ਹਾਂ ਤੇ ਆਪਣਾ ਇੰਡੀਅਨ ਫੂਡ ਲਾਈਕ ਕਰਦੀ ਹਾਂ, ਤੇ ਫਿਰ ਉੱਥੇ ਲੱਭਣਾ ਪੈਂਦਾ ਮੈਨੂੰ, ਰੋਟੀਆਂ ਲੱਭਣੀਆਂ ਪੈਂਦੀਆਂ ਨੇ। ਓਹੋ, ਇਹ ਤਾਂ ਬੜੀ ਦਿੱਕਤ ਹੁੰਦੀ ਹੈ। ਬਟ ਐਵੇਂ ਦੀ ਕੋਈ ਗੱਲ ਨਹੀਂ, ਘਰ ਦੇ ਵਿੱਚ ਜਿੱਦਾਂ ਉੱਥੇ ਆਪਣੇ ਫੈਮਿਲੀ ਹੁੰਦੀ ਹੈ ਤਾਂ ਉਹਦੇ ਵਿੱਚ ਇਦਾਂ ਦਾ ਹੀ ਖਾਣਾ ਹੁੰਦਾ, ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ, ਪਰ ਜਦੋਂ ਹੁਣ ਟਰੈਵਲ ਕਰੀਦਾ ਫਿਰ ਪੀਜ਼ੇ ਬਰਗਰ ਇਹ ਵੀ ਖਾਣਾ ਪੈਂਦਾ। ਹਾਂਜੀ, ਜਦੋਂ ਆਪਾਂ ਸ਼ੁਰੂਆਤ ਕੀਤੀ ਤੁਸੀਂ ਹੈ ਨਾ ਬਚਪਨ ਚੋਂ ਗਾਣੇ ਦੀ ਸ਼ੁਰੂਆਤ ਕੀਤੀ, ਸਭ ਤੋਂ ਪਹਿਲਾਂ ਗਾਣਾ ਕਿਹਨੂੰ ਸੁਣਾਇਆ ਸੀ ਆਪਣਾ ਛੋਟੇ ਹੁੰਦੇ? ਸਭ ਤੋਂ ਪਹਿਲਾਂ ਕਿਹਨੂੰ ਸੁਣਾਇਆ ਸੀ? ਯਾਦ ਨਹੀਂ ਆ ਰਿਹਾ। ਘਰ ਹੀ ਕਿਹਨੂੰ ਸੁਣਾਇਆ? ਮੰਮੀ ਡੈਡੀ। ਮੰਮੀ ਡੈਡੀ ਨੇ ਫੁੱਲ ਸਪੋਰਟ ਕੀਤਾ? ਹਾਂਜੀ, ਉਹਨਾਂ ਨੇ ਪੂਰਾ ਸਪੋਰਟ ਕੀਤਾ। ਫਿਰ ਕਿੱਦਾਂ? ਜਿੱਦਾਂ ਗੁਰਦੁਆਰਾ ਸਾਹਿਬ ਜਦ ਮੈਂ ਗਾਉਂਦੀ ਹੁੰਦੀ ਸੀ, ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਸੀ ਗੁਰਦੁਆਰਾ ਸਾਹਿਬ ਦਾ, ਤੇ ਉਸ ਤੋਂ ਬਾਅਦ ਜਿੱਦਾਂ ਸਕੂਲ ਵਿੱਚ ਗਾਣ ਲੱਗ ਗਈ, ਮੇਰੇ ਨਾਲ ਵਾਲੀਆਂ ਕੁੜੀਆਂ ਮੁੰਡੇ ਸੋ ਸਾਰੇ ਉਹ ਸੁਣਦੇ ਹੁੰਦੇ ਸੀ, ਮੇਰੇ ਟੀਚਰ ਸੁਣਦੇ ਹੁੰਦੇ ਸੀ, ਤੇ ਫਿਰ ਮੈਨੂੰ ਸਾਰੇ ਕਹਿਣ ਲੱਗ ਗਏ ਕਿ ਤੈਨੂੰ ਸਿੰਗਿੰਗ ਕਰਨੀ ਚਾਹੀਦੀ। ਮੈਨੂੰ ਲੱਗਿਆ ਕਿ ਨਹੀਂ, ਮਤਲਬ ਸਿੰਗਿੰਗ ਤੇ ਮੈਂ ਬਹੁਤ ਵੱਡਾ ਫਾਸਲਾ ਹੈ, ਬਟ ਫਿਰ ਮੈਂ ਰਿਐਲਿਟੀ ਸ਼ੋਅਜ਼ ਕੀਤੇ, ਉਸ ਤੋਂ ਬਾਅਦ ਮੈਨੂੰ ਬੜਾ ਸ਼ੌਂਕ ਹੋ ਗਿਆ, ਫਿਰ ਮੈਨੂੰ ਲੱਗਿਆ ਕਿ ਮੈਨੂੰ ਕਰਨਾ ਚਾਹੀਦਾ। ਸ਼ੌਂਕ ਤਾਂ ਮੈਨੂੰ ਯਾਦ ਆਇਆ, ਤੁਹਾਨੂੰ ਅੱਜ ਕੱਲ੍ਹ ਇੱਕ ਨਵਾਂ ਸ਼ੌਂਕ ਆ ਰਿਹਾ ਹਿੰਦੀ ਸੌਂਗਸ ਗਾਉਣ ਦਾ, ਉਹ ਕਿੱਥੋਂ ਆਇਆ ਤੇ ਮਤਲਬ ਕੌਣ ਇਨਸਪੀਰੇਸ਼ਨ ਮਿਲਿਆ? ਮੈਨੂੰ ਪਹਿਲਾਂ ਹੀ ਪਤਾ ਸੀ ਕਿ ਆਹ ਸਵਾਲ ਜ਼ਰੂਰ ਪੁੱਛਣਾ, ਕਿਉਂਕਿ ਅੱਜ ਕੱਲ੍ਹ ਮੈਂ ਲੱਗੀ ਹੋਈ ਹਾਂ ਪੋਸਟ ਆਪਾਂ। ਇਹ ਮੈਨੂੰ ਹਿੰਦੀ ਦਾ ਸ਼ੌਂਕ ਬਹੁਤ ਹੈ ਪਹਿਲਾਂ ਤੋਂ ਹੀ, ਸਕੂਲ ਟਾਈਮ ਤੋਂ ਹੀ ਮੈਂ ਜ਼ਿਆਦਾ ਹਿੰਦੀ ਮੂਵੀਜ਼ ਦੇਖਦੀ ਹਾਂ, ਹਿੰਦੀ ਗਾਣੇ ਸੁਣਦੀ ਹਾਂ ਨਾ, ਪਰ ਕਦੀ ਮੈਂ ਸੋਚਿਆ ਨਹੀਂ ਕਿ ਮੈਂ ਹਿੰਦੀ ਗਾ ਲੂੰਗੀ, ਕਿਉਂਕਿ ਮੈਂ ਸਿੱਧਾ ਜਿਹਾ ਗਾਉਣ ਵਾਲੀ ਕੁੜੀ, ਆਪਾਂ ਪੰਜਾਬੀ ਹੀ ਗਾਈਦਾ ਤੇ, ਬਟ ਕਿਉਂਕਿ ਉਹ ਮੈਨੂੰ ਕਿਤੇ ਨਾ ਕਿਤੇ ਇੱਦਾਂ ਹੁੰਦਾ ਸੀ ਕਿ ਮੈਂ ਕਿਤੇ ਆਪਣੇ ਐਕਸੈਂਟ 'ਚ ਨਾ ਫਰਕ ਪੈ ਜਾਣਾ, ਕਿਉਂਕਿ ਆਪਣੀ ਪੰਜਾਬੀਆਂ ਦੀ ਹਿੰਦੀ ਪੰਜਾਬੀ ਦਾ ਵੀ ਲੱਗਦੀ ਹੈ, ਤੇ ਮੈਂ ਚਾਹੁੰਦੀ ਸੀ ਜੇ ਆਪਾਂ ਗਾਈਏ ਤੇ ਫਿਰ ਉਹਨੂੰ ਪ੍ਰੋਪਰ ਤਰੀਕੇ ਨਾਲ, ਤੇ ਹੁਣ ਅੱਜ ਕੱਲ੍ਹ ਮੇਰੇ ਤੇ ਦਿਮਾਗ 'ਚ ਥੋੜ੍ਹਾ ਫਤੂਰ ਚੜਿਆ ਹੋਇਆ, ਤਾਂ ਕਾਫੀ ਸੁਣਦੀ ਰਹਿੰਦੀ ਹਾਂ, ਤਾਂ ਮੈਨੂੰ ਲੱਗਿਆ ਕਿ ਕਿਉਂ ਨਾ ਕਰੀਏ। ਇੱਕ ਵਾਰੀ ਸਾਡੇ ਦਰਸ਼ਕਾਂ ਲਈ ਤੁਸੀਂ ਹਿੰਦੀ ਸੌਂਗ ਸਪੈਸ਼ਲ? ਮੈਂ ਨਾ ਹੁਣੀ ਜਿੱਦਾਂ ਪੁਰਾਣੇ ਗਾਣੇ ਜਿਹੜੇ ਮੈਨੂੰ ਬਹੁਤ ਪਸੰਦ ਸੀ, ਹੈ ਨਾ, ਜਿੱਦਾਂ ਮੈਂ ਤੁਹਾਡੇ ਨਾਲ ਇੱਕ ਕਲਿੱਪ ਸ਼ੇਅਰ ਵੀ ਕੀਤੀ ਮੁਹੱਬਤ ਬਰਸਾ, ਤੇ ਜਿੱਦਾਂ 4-5 ਸੌਂਗਸ ਲੈ ਕੇ ਤੇ ਉਹ ਥੋੜ੍ਹੇ ਥੋੜ੍ਹੇ ਉਹਨਾਂ ਦੇ ਕਲਿੱਪਸ ਥੋੜ੍ਹੇ ਥੋੜ੍ਹੇ ਗਾਏ ਹੈ, ਤੇ ਉਹ ਇੱਕ ਕਵਰ ਮੈਂ ਸੋਚ ਰਹੀ ਹਾਂ ਕਰਨ ਨੂੰ, ਤੇ ਉਹਦੇ ਵਿੱਚ ਇਹ ਵੀ ਗਾਇਆ ਸੀ, ਮੇਰਾ ਫੇਵਰੇਟ ਸੌਂਗ ਹੈ ਮੁਹੱਬਤ ਬਰਸਾ, ਤਾਂ ਉਹਦੀਆਂ ਦੋ ਲਾਈਨਾਂ ਮੈਂ ਗਾ ਦੇਣੀ। ਮੁਹੱਬਤ ਬਰਸਾ ਦੇਣਾ ਤੂੰ ਸਾਵਨ ਆਇਆ ਹੈ, ਤੇਰੇ ਔਰ ਮੇਰੇ ਮਿਲਨੇ ਕਾ ਮੌਸਮ ਆਇਆ ਹੈ। ਮੁਹੱਬਤ ਬਰਸਾ ਦੇਣਾ ਤੂੰ ਸਾਵਨ ਆਇਆ ਹੈ। ਤੇ ਬਾਕੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਰੇ ਜਾਣੇ ਉਹੀ ਸੁਣੋ, ਮੈਂ ਗਾਏ ਹੋਏ ਨੇ ਜਿਹੜੇ। ਬਹੁਤ ਸੋਹਣਾ ਗਾਇਆ, ਮਤਲਬ ਤੁਸੀਂ ਤਾਂ ਕਹਿ ਰਹੇ ਸੀ ਕਿ ਪੰਜਾਬੀ ਟੋਨ ਆਉਂਦੀ ਹੈ, ਮੈਂ ਤਾਂ ਬਿਲਕੁਲ ਪੰਜਾਬੀ ਟੋਨ ਨਹੀਂ ਆਈ ਇੱਥੇ। ਸੱਚੀ? ਬਿਲਕੁਲ, ਤੁਸੀਂ ਕਿਸੇ ਸੱਚੀ ਦੱਸੋ, ਕਿਉਂਕਿ ਮੈਂ ਅੱਜ ਕੱਲ੍ਹ ਥੋੜ੍ਹੀ ਇਹੀ ਕਨਫਿਊਜ਼ਨ ਲੱਗਦਾ। ਨਹੀਂ, ਕਨਫਿਊਜ਼ਨ ਬਿਲਕੁਲ ਨਹੀਂ ਹੋਣੀ, ਨੋ ਡਾਊਟ। ਬਸ ਫਿਰ ਮੈਂ ਗਾ ਦੇਣੇ ਨੇ ਹੁਣ, ਦੇਖਿਓ। ਬਿਲਕੁਲ ਸਹੀ। ਥੋੜ੍ਹੇ ਦਿਨ ਪਹਿਲਾਂ ਇੱਕ ਫੋਟੋ ਸ਼ੂਟ ਹੋਇਆ ਸੀ, ਮਤਲਬ ਬਹੁਤ ਸੋਹਣਾ ਫੋਟੋ ਸ਼ੂਟ ਕੀਤਾ। ਕਾਫੀ ਨੋਟਿਸ ਕਰਦੇ ਤੁਸੀਂ ਨਾ। ਅਸੀਂ, ਮੈਂ ਤੁਹਾਨੂੰ ਦੱਸਿਆ ਨਾ, ਪੂਰਾ ਫੋਲੋ ਕਰਦਾ ਮੈਂ ਤੁਹਾਨੂੰ। ਇਹ ਗੱਲ ਤੁਹਾਡੀ ਮੈਨੂੰ ਬੜੀ ਘੈਂਟ ਲੱਗੀ। ਬਸ ਸਾਰੇ ਦੇਖ ਲਓ, ਇੰਪ੍ਰੈਸ ਹੋ ਰਹੇ ਹਨ, ਧੀਰੇ ਹੌਲੀ ਹੌਲੀ ਨਾ ਇੰਪ੍ਰੈਸ ਹੋ ਰਹੇ ਹਨ। ਇਹ ਬੜੀ ਵਧੀਆ ਗੱਲ ਹੈ ਕਿ ਕਿਉਂਕਿ ਫਿਰ ਜਦੋਂ ਕੋਈ ਨੋਟਿਸ ਕਰਦਾ ਫਿਰ ਸਾਨੂੰ ਵੀ ਉਦੋਂ ਹੀ ਪਤਾ ਹੁੰਦਾ ਹੈ ਨਾ ਕਿ ਯਾਰ ਆਪਾਂ ਕੁਝ ਵਧੀਆ ਕਰੀਏ, ਕਿ ਸਾਰਿਆਂ ਨੇ ਦੇਖਣਾ ਹੈ। ਹਾਂਜੀ ਹਾਂਜੀ ਹਾਂਜੀ। ਮੈਂ ਦੇਖਿਆ ਵੀ ਸੀ gabru.com ਤੇ ਤੁਸੀਂ ਮੇਰੀਆਂ ਪੋਸਟ ਸ਼ੇਅਰ ਕੀਤੀਆਂ ਸੀ, ਸਾਰੀ ਟੀਮ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਕਿ ਤੁਸੀਂ ਇੰਨਾ ਸਪੋਰਟ ਕਰਦੇ ਹੋ ਸਾਰੇ ਜਣੇ। ਥੈਂਕ ਯੂ ਸੋ ਮਚ, ਪੂਰੀ ਟੀਮ ਹੀ ਫੋਲੋ ਕਰਦੀ ਹੈ ਤੁਹਾਨੂੰ। ਮੈਂ ਤਾਂ ਹੀ ਤੇ ਸਾਰੀ ਟੀਮ ਦਾ ਥੈਂਕ ਯੂ ਕਰਦੀ ਪਈ ਹਾਂ ਨਾ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਤੇ ਆਪਾਂ ਗੱਲ ਕਰ ਰਹੇ ਸੀ ਉਹਦੀ, ਹਾਂ, ਫੋਟੋ ਸ਼ੂਟ ਹੋਇਆ ਸੀ, ਮਤਲਬ
ਤੁਸੀਂ ਇੰਨੇ ਬਿਊਟੀਫੁਲ ਹੋ ਮੈਂ ਸਾਰਿਆਂ ਨੂੰ ਦੱਸਦਾ ਕਿ ਔਨ ਕੈਮਰਾ ਤਾਂ ਬਿਊਟੀਫੁਲ ਹੈ ਹੀ ਹੈ ਮੈਂ ਆਫ ਕੈਮਰਾ ਵੀ ਦੇਖ ਰਿਹਾ ਤਾਂ ਮਤਲਬ ਐ ਖੁਸ਼ ਹੋ ਰਹਾ ਮੈਂ ਦੇਖ ਦੇਖ ਕੇ ਵੀ ਹਾਂ ਵੀ ਇੰਨੇ ਸੋਹਣੇ ਮੈਂ ਜ਼ਿਆਦਾ ਨਹੀਂ ਹੋ ਗਿਆ ਥੋੜਾ ਜਿਹਾ ਜ਼ਿਆਦਾ ਹੋ ਗਿਆ ਤਾਂ ਆਪਾਂ ਥੋੜਾ ਘੱਟ ਕਰ ਲੈਨੇ ਕੋਈ ਚੱਕਰ ਨਹੀਂ ਫੋਟੋ ਸ਼ੂਟ ਦੀ ਗੱਲ ਕਰਦੇ ਪਰ ਸੱਚ ਸੀਗਾ ਸਾਰਾ ਕੁਝ ਥੈਂਕ ਯੂ ਫੋਟੋ ਸ਼ੂਟ ਹੋਇਆ ਮਤਲਬ ਜਦੋਂ ਮੈਂ ਫੋਟੋ ਸ਼ੂਟ ਦੇਖਿਆ ਨਾ ਪਹਿਲਾ ਸਵਾਲ ਮੇਰੇ ਮਨ ਚ ਆਇਆ ਕਿ ਤੁਸੀਂ ਮੂਵੀਸ 'ਚ ਜਾ ਰਹੇ ਹੋ ਫਿਊਚਰ ਪਲਾਨ ਕਿਉਂਕਿ ਇੱਕ ਕਹਿੰਦਾ ਨਾ ਐਕਟਰੈਸ ਵਾਲੀ ਪੂਰੀ ਫੀਲ ਹੈ ਮੂਵੀਜ਼ ਦਾ ਕੁਝ ਮੈਂ ਸੋਚਿਆ ਨਹੀਂ ਇਦਾਂ ਦਾ ਇੱਕ ਦੋ ਫਿਊਚਰ ਪਲਾਨ ਕੁਝ ਅੱਗੇ ਮੈਨੂੰ ਵੀ ਹਜੇ ਨਹੀਂ ਪਤਾ ਮੈਂ ਜੇ ਕਦੀ ਮੈਨੂੰ ਕੋਈ ਵਧੀਆ ਚਾਂਸ ਮਿਲਿਆ ਤੇ ਮੈਂ ਟਰਾਈ ਕਰਾਂਗੀ ਚਾਂਸ ਤਾਂ ਜ਼ਰੂਰ ਮਿਲਦੀ ਜੇ ਨਹੀਂ ਸੋਚਿਆ ਤਾਂ ਸੋਚੋ ਜ਼ਰੂਰ ਕਿਉਂਕਿ ਮੈਂ ਹੀ ਇਕੱਲਾ ਨਹੀਂ ਕਹਿੰਦਾ ਤੁਹਾਡੇ ਸਾਰੇ ਫੈਨਸ ਕਹਿੰਦੇ ਕਿ ਤੁਸੀਂ ਮੂਵੀਜ਼ 'ਚ ਮਤਲਬ ਆਓ ਚਲੋ ਇੱਕ ਸਵਾਲ ਇਹ ਕਰਦੇ ਹਾਂ ਜੇ ਤੁਸੀਂ ਮੂਵੀਜ਼ 'ਚ ਆਏ ਤੇ ਓਪੋਜ਼ਿਟ ਕਿਹੜਾ ਸਟਾਰ ਤੁਸੀਂ ਮਤਲਬ ਡ੍ਰੀਮ ਕਹਿੰਦੇ ਡ੍ਰੀਮ ਐਕਟਰ ਕਿਹੜਾ ਚਾਹੁੰਦੇ ਹੋ ਆਪਣੇ ਪੰਜਾਬੀ ਇੰਡਸਟਰੀ ਵਾਲੇ ਪਹਿਲਾਂ ਪੰਜਾਬੀ ਦੀ ਗੱਲ ਕਰਦੇ ਹਾਂ ਪਹਿਲਾਂ ਪੰਜਾਬੀ ਦੀ ਗੱਲ ਕਰਦੇ ਹਾਂ ਓਕੇ ਵੈਸੇ ਤਾਂ ਮੇਰੇ ਸਾਰੇ ਵਧੀਆ ਲੱਗਦੇ ਨੇ ਸਾਰੇ ਵਧੀਆ ਕੰਮ ਕਰਦੇ ਨੇ ਬਟ ਕੋਈ ਇੱਕ ਨਾਮ ਸਾਰੇ ਨੂੰ ਵਧੀਆ ਲੱਗਦੇ ਨੇ ਕੋਈ ਇੱਕ ਨਾਮ ਜਿਹੜਾ ਸਭ ਤੋਂ ਕਰੀਬ ਹੈ ਜੇ ਮੈਂ ਕਦੀ ਸੋਚਦੀ ਹਾਂ ਹਨਾ ਮੂਵੀਜ਼ ਲਈ ਤਾਂ ਮੇਰੇ ਮਾਈਂਡ 'ਚ ਦੋ ਨਾਮ ਆਉਂਦੇ ਨੇ ਦੋ ਨਾਮ ਇੱਕ ਜਿੱਦਾਂ ਦਿਲਜੀਤ ਜੀ ਦਾ ਕੰਮ ਬਹੁਤ ਪਸੰਦ ਹੈ ਤਾਂ ਸਭ ਤੋਂ ਜ਼ਿਆਦਾ ਉਸ ਤੋਂ ਵੀ ਜ਼ਿਆਦਾ ਜੇ ਮੈਂ ਕਹਾਂਗੀ ਤਾਂ ਮੈਨੂੰ ਜਿਮੀ ਸ਼ੇਰਗਿੱਲ ਤੇ ਦਿਲਜੀਤ ਭਾਜੀ ਹੈ ਨਾ ਹਾਂਜੀ ਦੋਨਾਂ ਨੂੰ ਪ੍ਰੋਡਿਊਸਰਸ ਡਾਇਰੈਕਟਰਸ ਦੇਖ ਲਓ ਵੀ ਬਹੁਤ ਵਧੀਆ ਇੱਕ ਬਣ ਸਕਦਾ ਹੈ ਇਹ ਮੂਵੀ ਦਾ ਕਨਸੈਪਟ ਦਿਲਜੀਤ ਭਾਜੀ ਜਿਮੀ ਭਾਜੀ ਤੇ ਕੌਰਵੀ ਜੀ ਹੈ ਨਾ ਕੌਰਵੀ ਜੀ ਹਾਂ ਇੱਕ ਹੋਰ ਬਹੁਤ ਵਧੀਆ ਗੱਲ ਮੇਰੇ ਦਿਮਾਗ 'ਚ ਆਈ ਤਾਂ ਪਹਿਲਾਂ ਮੈਂ ਮਿੱਠਾ ਖਾ ਲਾਂ ਪਤਾ ਮਿੱਠਾ ਖਾ ਕੇ ਕੀ ਹੁੰਦਾ ਬੰਦੇ ਨੂੰ ਨਾ ਜੋਸ਼ ਆ ਜਾਂਦਾ ਖਾਣ ਦਾ ਇਹਦਾ ਕੁਝ ਨਹੀਂ ਹੋ ਸਕਦਾ ਇਹ ਨਹੀਂ ਮਤਲਬ ਹੋ ਸਕਦਾ ਮਤਲਬ ਨਹੀਂ ਇਹ ਰਸਮਲਾਈ ਆ ਗਈ ਨਾ ਵੇ ਬਸ ਕਰ ਭਰਾਵਾ ਇੰਨਾ ਮੋਟਾ ਹੋਈ ਜਾਣਾ ਕਿਸੇ ਨੇ ਰਿਸ਼ਤਾ ਵੀ ਨਹੀਂ ਦੇਣਾ ਰਿਸ਼ਤੇ ਦੀ ਗੱਲ ਐਦਾਂ ਕੈਮਰੇ ਦੇ ਸਾਹਮਣੇ ਕਿਉਂ ਕਰਤੀ ਕਿਉਂ ਕੋਈ ਨਹੀਂ ਦਊਗਾ ਮੈਨੂੰ ਰਿਸ਼ਤਾ ਹੁਣ ਮੈਂ ਵੇਖ ਲੋਕਾਂ ਨੇ ਬਾਣਾ ਮਾਰ ਦੇਣਾ ਕੋਰ ਵੀ ਨਹੀਂ ਕਹੇ ਤੇਰਾ ਰਿਸ਼ਤਾ ਨਹੀਂ ਆਊਗਾ ਐਦਾਂ ਤਾਂ ਪਰ ਜੇ ਤੁਸੀਂ ਐਦਾਂ ਹੀ ਖਾਂਦੇ ਰਹੋਗੇ ਤਾਂ ਫੇਰ ਨਹੀਂ ਹੋਣਾ ਸਲੇਟੀਆਂ ਖਾਊਂਗਾ ਫਿਰ ਮੈਂ ਉਹ ਖਾ ਲਓ ਕੋਈ ਚੱਕਰ ਨਹੀਂ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਤੁਸੀਂ ਪਤਲੇ ਹੋ ਜਾਓਗੇ ਜੇ ਤੁਹਾਡਾ ਨਾਂ ਹੈ ਕੌਰਬੀ ਜੇ ਮੈਂ ਸਲੇਟੀਆਂ ਖਾ ਕੇ ਗਾ ਸਕਦੀ ਹਾਂ ਤੁਸੀਂ ਸਲੇਟੀਆਂ ਖਾ ਤੁਹਾਡਾ ਵੀ ਤਾਂ ਕੋਈ ਫਾਇਦਾ ਹੋਊਗਾ ਹੀ ਜਾਂ ਤਾਂ ਤੁਸੀਂ ਗਾਣ ਲੱਗ ਜਾਓਗੇ ਜਾਂ ਫਿਰ ਪਤਲੇ ਹੋ ਜਾਓਗੇ ਲੈਟਸ ਈਟ ਸਲੇਟੀ ਟੁਡੇ ਦੰਦ ਤੋੜ ਵੈਸੇ ਮੈਨੂੰ ਕੋਈ ਇਹ ਨਾ ਕਹੇ ਕਿ ਮੁੰਡੇ ਨੂੰ ਪਿੱਟੇ ਕੰਮ ਲਾ ਸਾਡਾ ਮੁੰਡਾ ਵਿਗਾੜ ਦੇ ਕੋਈ ਨਾ ਸਲੇਟੀ ਮੈਂ ਖਾਊਂਗਾ ਪੂਰੀ ਤੇ ਬਾਅਦ ਵਿੱਚ ਹਾਂ ਬਾਅਦ ਵਿੱਚ ਆ ਵੀ ਮੈਂ ਖਾਵਾਂਗਾ ਕੈਮਰਾ ਬੰਦ ਹੋਣੀ ਦੋਨਾਂ ਸਲੇਟੀਆਂ ਖਾਣੇ ਦੋਨਾਂ ਨੇ ਥੋੜਾ ਨਵਾਂ ਸੌਂਗ ਆ ਰਿਹਾ ਹੈ ਹਾਂਜੀ ਕਣੀਆਂ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਵਧੀਆ ਸੀ ਕਣੀਆਂ ਟੈਨਸ਼ਨ ਨਾ ਕਰੋ ਤੁਹਾਨੂੰ ਆਪਾਂ ਗੁੱਡ ਲੱਕ ਵੀ ਦੇਵਾਂਗੇ ਕਣੀਆਂ ਲਈ ਅੱਛਾ ਥੈਂਕ ਯੂ ਤਾਂ ਉਹਦੇ ਲਈ ਉਹਦੇ ਬਾਰੇ ਦੱਸੋ ਕੁਝ ਉਹਦੇ ਬਾਰੇ ਕੀ ਹੈ ਉਹਦੇ ਵਿੱਚ ਨਵਾਂ ਹੈ ਕਿ ਉਹਦੇ ਵਿੱਚ ਕਣੀਆਂ ਨੇ ਇਹ ਵੀ ਗੱਲ ਸੀ ਕਣੀਆਂ ਪੈ ਰਹੀਆਂ ਨੇ ਹਨਾ ਕਣੀਆਂ ਗਾਣਾ ਜੀ ਮੈਨੂੰ ਬਹੁਤ ਪਸੰਦ ਹੈਗਾ ਕਿਉਂਕਿ ਜਿਹੜਾ ਗਾਣਾ ਪਸੰਦ ਹੁੰਦਾ ਆਪਾਂ ਉਹ ਹੀ ਕਰੀਦਾ ਤੇ ਉਹਦੇ ਵਿੱਚ ਸਭ ਤੋਂ ਪਹਿਲੀ ਗੱਲ ਕਿ ਉਹ ਵੀਤ ਬਲਜੀਤ ਜੀ ਦਾ ਲਿਖਿਆ ਜਦੋਂ ਮੈਂ ਸਿੰਗਿੰਗ ਸ਼ੁਰੂ ਕੀਤੀ ਸੀ ਨਾ ਤੇ ਜਿੱਦਾਂ ਵੀਤ ਜੀ ਦੇ ਗਾਣੇ ਸਾਰੇ ਬਹੁਤ ਘੈਂਟ ਹੁੰਦੇ ਨੇ ਮੈਂ ਉਦੋਂ ਸੋਚਦੀ ਹੁੰਦੀ ਸੀ ਕਿ ਯਾਰ ਮੈਂ ਕਦੀ ਵੀਤ ਬਲਜੀਤ ਜੀ ਦਾ ਗਾਣਾ ਗਾਊਂਗੀ ਮੇਰੇ ਫੇਵਰੇਟ ਰਾਈਟਰ ਨੇ ਉਹ ਕਿੰਨਾ ਵਧੀਆ ਲਿਖਦੇ ਨੇ ਸਾਰੇ ਵਧੀਆ ਲਿਖਦੇ ਨੇ ਪਰ ਮੈਨੂੰ ਇੱਕ ਸ਼ੌਂਕ ਸੀ ਕਿ ਮੈਂ ਉਹਨਾਂ ਦੇ ਨਾਲ ਇੱਕ ਸਿੰਗਲ ਗਾਣਾ ਕਰਾਂ ਤੇ ਉਹ ਸੋਲੋ ਟਰੈਕ ਕਰਾਂ ਉਹਨਾਂ ਨੇ ਮੂਵੀਜ਼ ਦੇ ਗਾਣੇ ਕੀਤੇ ਨੇ ਬਟ ਜਿੱਦਾਂ ਸੋਲੋ ਟਰੈਕ ਅਸੀਂ ਸਿੰਗਲ ਟਰੈਕ ਪਹਿਲੀ ਵਾਰੀ ਕਰ ਰਹੇ ਹਾਂ ਤੇ ਉਹਨਾਂ ਦਾ ਲਿਖਿਆ ਸੀ ਤੇ ਜਤਿੰਦਰ ਸ਼ਾਹ ਜੀ ਦਾ 뮤ਜ਼ਿਕ ਹੈ ਸੇਮ ਹੀ ਗੱਲ ਕਹਾਂਗੀ ਮੈਂ ਕਿ ਉਹਨਾਂ ਨਾਲ ਵੀ ਜਿੱਦਾਂ ਸਿੰਗਲ ਪਹਿਲੀ ਵਾਰ ਕਰ ਰਹੀ ਹਾਂ ਮੂਵੀਜ਼ ਦੇ ਗਾਣੇ ਕੀਤੇ ਅਸੀਂ ਤੇ ਬਾਕੀ ਵੀਡੀਓ ਵੀ ਮੈਂ ਪਹਿਲੀ ਵਾਰ ਕਰ ਰਹੀ ਹਾਂ ਫਰੇਮ ਸਿੰਘ ਜੀ ਦੇ ਨਾਲ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਤੇ ਕਣੀਆਂ ਦੇ ਵਿੱਚ ਮੈਂ 4 ਘੰਟੇ ਰਹੀ ਜਿੱਦਾਂ ਮੈਂ ਪਹਿਲਾਂ ਵੀ ਇੱਕ ਪੋਸਟ ਵਿੱਚ ਵੀ ਸ਼ੇਅਰ ਕੀਤਾ ਸੀ ਤੇ ਉਦੋਂ ਮਤਲਬ ਮੇਰੀ ਬੁਰੀ ਹਾਲਤ ਹੋ ਗਈ ਠੰਡ ਲੱਗ ਗਈ ਬਾਅਦ ਕੁੜੀ ਨੂੰ ਵਿਚਾਰੀ ਨੂੰ ਬੁਖਾਰ ਹੋ ਗਿਆ ਬੁਰਾ ਹੋ ਗਿਆ ਬਟ ਫਿਰ ਮੈਨੂੰ ਉਮੀਦ ਹੈ ਕਿ ਸਾਰਿਆਂ ਨੂੰ ਪਸੰਦ ਆਊਗਾ ਜਦੋਂ ਆਪਾਂ ਮਿਹਨਤ ਕਰਦੇ ਹਾਂ ਤੇ ਸਾਰਿਆਂ ਨੂੰ ਤੇ ਉਹਦੇ ਵਿੱਚ ਪੋਸਟਰ ਹੀ ਬੜਾ ਸੋਹਣਾ ਹੈ ਤਾਂ ਹਾਈ ਅਜੇ ਤਾਂ ਇੱਕ ਪੋਸਟ ਸ਼ੇਅਰ ਕੀਤਾ ਉਹਦੇ ਵਿੱਚ ਜਿਹੜਾ ਮੇਰੇ ਨਾਲ ਜਿਨ੍ਹਾਂ ਨੇ ਕੰਮ ਕੀਤਾ ਗਗਨ ਮਾਨ ਮੁੰਡਾ ਸਾਡਾ ਉਹ ਸਾਡਾ ਆਪਣਾ ਹੀ ਮੁੰਡਾ ਆ ਕਿ ਐਜ਼ ਆ ਮਾਡਲ ਕੋਈ ਉਹਨਾਂ ਨੇ ਕਦੀ ਕੰਮ ਨਹੀਂ ਕੀਤਾ ਬਟ ਫਰੈਂਡਸ ਹੈਗੇ ਜੈਜ਼ੀ ਬੀ ਜੀ ਉਹਨਾਂ ਦੇ ਫਰੈਂਡ ਨੇ ਸੋ ਉਹਨਾਂ ਨੇ ਸਪੋਰਟ ਕੀਤਾ ਇਸ ਗਾਣੇ ਦੇ ਵਿੱਚ ਪੂਰਾ ਦਿਨੇਸ਼ ਭਾਜੀ ਹੋਣੀ ਸਾਰੀ ਟੀਮ ਸਾਡੀ ਮੇਰੀ ਭੈਣ ਸੰਦੀਪ ਵਿਰਕ ਜਿਹਨੂੰ ਹਮੇਸ਼ਾ ਮੈਂ ਸ਼ੋ ਕਰਦੀ ਹਾਂ ਆਪਣੀਆਂ ਪੋਸਟਾਂ ਦੇ ਵਿੱਚ ਸਾਰੇ ਕਿਤੇ ਅਸੀਂ ਇਕੱਠੇ ਸੋ ਸਾਰਿਆਂ ਨੇ ਫੈਮਿਲੀ ਨੇ ਸਾਰਿਆਂ ਨੇ ਰਲ ਮਿਲ ਕੇ ਕਿਉਂਕਿ ਮੇਰੇ ਹਿਸਾਬ ਨਾਲ ਫੈਮਿਲੀ ਜੀ ਵਾਲਾ ਗਾਣਾ ਅਸੀਂ ਟਰਾਈ ਕੀਤਾ ਬਣਾਉਣ ਨੂੰ ਤੇ ਉਮੀਦ ਹੈ ਕਿ ਪਸੰਦ ਆਊਗਾ ਸਾਰਿਆਂ ਨੂੰ ਪਸੰਦ ਆਉਣੇ ਤਾਂ ਗਰੰਟੀ ਦੀ ਗੱਲ ਹੈ ਤੁਹਾਡਾ ਨਾਂ ਕੌਰਬੀ ਹੈ ਜਦੋਂ ਮੈਂ ਜਦੋਂ ਤੋਂ ਸੁਣ ਰਿਹਾ ਮੈਂ ਤੁਹਾਨੂੰ ਹੈ ਨਾ ਮੈਨੂੰ ਇੱਕ ਫੀਲ ਆਉਂਦੀ ਕਿ ਕੌਰਬੀ ਨਾਮ ਤੁਸੀਂ
जोड़न लगे सारे जाने थोड़ा जा लग्या कि शायद है ना इदां भी सोचदे ने सारे पर नाम ते मेरा अपना ही सीगा बलजिंदर कौर बी अपनी सी कौर भी आपां हैगे आ सोचा कि यूनिक जा नाम होवे हुण तुसीं सारे दे मतलब सारे इन्ने इन्ने फैंस ने थोड़े वर्ल्ड वाइड फैंस ने पेज ते इन्ने लाइक्स ने सब तो ज्यादा खास कुछ कुछ खास हुंदे ने ना फैंस पहला ते मैनूं इन्नी हवा ना दो नहीं नहीं क्योंकि मैं मोटी नहीं होना मैं एवें रहना नहीं नहीं सीरियसली मतलब खास फैंस किड़े ने थोड़े कभी कोई इंसिडेंट होया होवे फैंस ने कोई ऐदां दी गिफ्ट दित्ता होवे जिहड़ा दिल तो सब तो ज्यादा करीब है जिद्दां मैनूं किसी ने इस खाण पीन दी आइटम देती खास गल्लां जिहड़ियां कुछ कु गल्लां एवें दियां कई गल्लां एवें दियां होईयां मेरी लाइफ च हुण तक जिहड़ियां मैनूं याद ने जिन्हां दे मैनूं नाम भी याद ने या जिहड़े लोग एक बार माइंड च अपने हुंदा ना कि यार ओह फलाना बंदा किन्ना इदां दे काफ़ी सारे मेरे फैनस हुण पहलां एक सी फिर दो सी तीन सी हुण काफ़ी सारे इदां दे हो गए कि जिहड़े जिन्हां दा मैनूं पता कि हर रोज़ मेरियां सारियां पोस्टां शेयर करदे उहनां दी वॉल ते मैं देखदी हां कि होर कोई पोस्ट ही नहीं हुंदी मेरे हाँ मेरे ही हुंदियां सारियां ते एक वारी ਮੈਨੂੰ ਯਾਦ ਆ ਕਿ ਅਸੀਂ ਸ਼ੋਅ ਤੋਂ ਆਉਂਦੇ ਸੀ ਅਤੇ ਕਿਸੇ ਨੇ ਇੱਕ ਮੁੰਡਾ ਸੀ ਉਹਨੇ ਗੱਡੀ ਰਸਤੇ 'ਚ ਰੋਕੀ ਸਾਡੀ ਹੈ ਨਾ ਕਿ ਰੁਕੋ ਰੁਕੋ ਕਾਫੀ ਰਾਤੀ 3-4 ਵਜੇ ਦਾ ਟਾਈਮ ਸੀ ਤਾਂ ਉਹ ਵਿਚਾਰਾ ਮੈਨੂੰ ਕਹਿਣ ਲੱਗਾ ਕਹਿੰਦਾ ਤੁਸੀਂ ਇੱਕ ਵਾਰੀ ਸਾਡੇ ਘਰ ਦੇ ਬਾਹਰ ਆ ਜਾਓ ਮੇਰੀ ਸਿਸਟਰ ਨੇ ਤੁਹਾਨੂੰ ਦੇਖਣਾ ਤਾਂ ਉਹ ਕਹਿੰਦੇ ਜੀ ਅਸੀਂ ਸ਼ੋਅ 'ਤੇ ਜਾਣਾ ਸੀ ਪੂਰਾ ਦਿਨ ਮੇਰੀ ਭੈਣ ਵੇਟ ਕਰਦੀ ਰਹੀ ਕਿ ਜੇ ਉੱਥੇ ਜਿੱਦਾਂ ਮੇਲਿਆਂ 'ਚ ਮੁੰਡੇ ਹੁੰਦੇ ਨੇ ਅਤੇ ਕਹਿੰਦੇ ਉਹ ਕਹਿੰਦੀ ਕਿ ਜੇ ਮੈਂ ਨਹੀਂ ਜਾ ਸਕਦੀ ਨਾ ਤਾਂ ਮੈਂ ਜੂੜਾ ਕਰਕੇ ਚਲੇ ਜਾਣਾ ਪਰ ਮੈਂ ਕੌਰ ਵੀ ਵੇਖ ਕੇ ਆਉਣੀ ਆ ਤਾਂ ਅਸੀਂ ਉਹਨਾਂ ਦੇ ਘਰ ਗਏ ਤਾਂ ਇੱਕਦਮ ਸ਼ੌਕ ਸੀ ਅਤੇ ਮੈਂ ਦੇਖਿਆ ਕਿ ਉਹ ਮੈਨੂੰ ਇੰਨਾ ਪਿਆਰ ਉਹਨਾਂ ਨੇ ਉਸ ਫੈਮਿਲੀ ਤੋਂ ਮੈਨੂੰ ਇੰਨਾ ਪਿਆਰ ਮਿਲਿਆ ਤਾਂ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਯਾਦ ਰਹੀਆਂ ਤੁਸੀਂ ਵੀ ਪੂਰਾ ਸਪੋਰਟ ਕੀਤਾ ਮੁੰਡੇ ਨੂੰ ਇਹ ਵੀ ਮਤਲਬ ਬਹੁਤ ਵੱਡੀ ਗੱਲ ਹੈ ਹਾਂ ਇੱਕ ਵਾਰੀ ਇੱਕ ਲੜਕੀ ਨਾ ਕਾਫੀ ਬਿਮਾਰ ਰਹਿੰਦੀ ਸੀ ਉਹਨਾਂ ਦੀ ਫੈਮਿਲੀ ਦੀ ਕਾਲ ਆਈ ਹੈ ਨਾ ਅਤੇ ਮਤਲਬ ਇਹ ਮੇਰੇ ਨੇ ਉਹਨਾਂ ਦੀ ਉਹਨਾਂ ਨਾਲ ਹੁਣ ਵੀ ਗੱਲ ਹੁੰਦੀ ਹੈ ਨਾ ਅਤੇ ਉਹ ਜਿੱਦਾਂ ਇੰਨੀ ਫੈਨ ਆ ਹੈ ਨਾ ਇੰਨੀਆਂ ਗੱਲਾਂ ਕਰਦੀ ਆ ਜਾਂ ਛੋਟੀ ਜਿਹੀ ਆ ਬੱਚੀ ਆ ਉਹ ਕਹਿੰਦੇ ਕਿ ਬਿਮਾਰ ਰਹਿੰਦੀ ਆ ਪਰ ਜਿੱਦਾਂ ਦੀ ਅਸੀਂ ਗੱਲ ਕਰਾਈ ਅਸੀਂ ਦਵਾਈ ਨਹੀਂ ਦਵਾਉਂਦੇ ਇਹਨੂੰ ਠੀਕ ਹੈ ਨਾ ਮਤਲਬ ਮੈਂ ਬੜੀ ਇਮੋਸ਼ਨਲ ਹਾਂ ਅਤੇ ਮੈਨੂੰ ਇੰਨਾ ਰੋਣਾ ਆਇਆ ਨਾ ਗੱਲ ਕਰਕੇ ਉਹਨਾਂ ਨਾਲ ਮੇਰੀ ਹਜੇ ਵੀ ਗੱਲ ਹੁੰਦੀ ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਮੇਰੀ ਲਾਈਫ 'ਚ ਨੇ ਸੋ ਥੈਂਕ ਯੂ ਬਾਬਾ ਜੀ ਦਾ ਹਾਂਜੀ ਬਾਬਾ ਜੀ ਦਾ ਥੈਂਕਸ ਕਰਦੀ ਹਮੇਸ਼ਾ ਆਪਣੇ ਫੈਨਸ ਦਾ ਕਿ ਕਿਉਂਕਿ ਕਦੀ ਉਹ ਵੀ ਟਾਈਮ ਸੀ ਜਦੋਂ ਮੈਂ ਸੋਚਦੀ ਹੁੰਦੀ ਸੀ ਹੈ ਨਾ ਕੋਈ ਸਾਡੇ ਨਾਲ ਵੀ ਫੋਟੋ ਕਰਾਊਗਾ ਕੋਈ ਸਾਨੂੰ ਵੀ ਮਿਲੂਗਾ ਹੈ ਨਾ ਤਾਂ ਅੱਜ ਬਾਬਾ ਜੀ ਨੇ ਉਹ ਟਾਈਮ ਦਿੱਤਾ ਛੋਟੇ ਹੁੰਦਿਆਂ ਦੀ ਕੋਈ ਇੱਦਾਂ ਦੀ ਮੈਮਰੀ ਮਤਲਬ ਜਿਹੜੇ ਤੁਹਾਡੇ ਫੈਨਸ ਨੂੰ ਪਤਾ ਨਹੀਂ ਹੈ ਜਾਂ ਕੋਈ ਇੱਦਾਂ ਦਾ ਇੰਸੀਡੈਂਟ ਹੋਇਆ ਹੋਵੇ ਕੁਛ ਵੀ ਆਹੀ ਸੀਗਾ ਸਲੇਟੀਆਂ ਖਾਂਦੀ ਸੀ ਅੱਜ ਤੁਸੀਂ ਸਾਰਿਆਂ ਨੂੰ ਦੱਸਤਾ ਇਹ ਬੜੀ ਖਰਾਬ ਗੱਲ ਹੈ ਤੁਹਾਡੀ ਅਤੇ ਹੋਰ ਤਾਂ ਕੁਛ ਇੱਦਾਂ ਦਾ ਨਹੀਂ ਕਿ ਮੈਂ ਇੱਕ ਵਾਰੀ ਆਪਣੇ ਬ੍ਰਦਰ ਨਾਲ ਲੜਾਈ ਕੀਤੀ ਹੈ ਨਾ ਤੁਸੀਂ ਆਪਣੇ ਬ੍ਰਦਰ ਨਾਲ ਬਹੁਤ ਲੜਦੇ ਹੋ ਤੁਹਾਨੂੰ ਕਿੰਨਾ ਪਤਾ ਬਸ ਐਕਸਪ੍ਰੈਸ਼ਨ ਤਾਂ ਤੁਹਾਡੇ ਕਮਾਲ ਹੋ ਗਏ ਤੁਹਾਨੂੰ ਸਾਰੇ ਉਹ ਤਾਂ ਚਲੋ ਭੈਣ ਭਰਾ ਦੀ ਲੜਾਈ ਹੁੰਦੀ ਹੈ ਪਿਆਰ ਵਾਲੀ ਲੜਾਈ ਹੁੰਦੀ ਹੈ ਇੱਕ ਵਾਰੀ ਮੈਂ ਛੋਟੀ ਜਦੋਂ ਅਸੀਂ ਛੋਟੇ ਜਿਹੇ ਸੀ ਅਤੇ ਅਸੀਂ ਦੋਨੋਂ ਲੜ ਪਏ ਹੈ ਨਾ ਅਤੇ ਮੈਂ ਵੱਡੀ ਸੀ ਉਹ ਛੋਟਾ ਸੀ ਨਾ ਮੈਂ ਨਾ ਉਹਦੇ ਇੱਥੇ ਚੁੰਡੀ ਵੱਢਤੀ ਹੈ ਨਾ ਅਤੇ ਉਹ ਵਿਚਾਰੇ ਨੂੰ ਪੇਨ ਹੋਵੇ ਕਿੰਨੀ ਜ਼ੋਰ ਦੀ ਹੈ ਨਾ ਅਤੇ ਉਹ ਰੋਵੇ ਮੈਨੂੰ ਸਾਰੇ ਪੁੱਛਣ ਇਹਨੂੰ ਕੀ ਹੋਇਆ ਮੈਂ ਕਿਹਾ ਮੈਂ ਤਾਂ ਕੁਛ ਕਿਹਾ ਨਹੀਂ ਮੈਨੂੰ ਕੀ ਪਤਾ ਕੀ ਹੋਇਆ ਵੀ ਰੋਈ ਜਾਂਦਾ ਉਹ ਬਾਅਦ ਜਦੋਂ ਵਿਚਾਰਾ ਰੋ ਰੋ ਕਹਿੰਦੇ ਜਦੋਂ ਦਿਖਾਇਆ ਕਿ ਇੱਧਰ ਦੇਖੋ ਫਿਰ ਮੈਨੂੰ ਬਹੁਤ ਝਿੜਕਾਂ ਪਈਆਂ ਛੋਟੇ ਮੈਨੂੰ ਕੁੱਟ ਪਈ ਸ਼ਰਾਰਤੀ ਸੀਗੇ ਤੁਸੀਂ ਛੋਟੇ ਹੁੰਦੇ ਹੋ ਹੈ ਨਾ ਸੀ ਦੇਖ ਲਓ ਵੀ ਸ਼ਰਾਰਤੀ ਬੰਦਾ ਜਿਹੜਾ ਹੁੰਦਾ ਨਾ ਬੜੇ ਹੋ ਕੇ ਮੈਂ ਕੁਝ ਬਣ ਨਹੀਂ ਜਾਂਦਾ ਮੈਂ ਵੀ ਬਹੁਤ ਸ਼ਰਾਰਤੀ ਸੀਗਾ ਮੈਂ ਵੀ ਲੁੱਕ ਲੁੱਕ ਕੇ ਨਾ ਸਹੀ ਗੱਲ ਹੈ ਮੈਂ ਸਕੂਲ ਨਹੀਂ ਜਾਂਦੀ ਹੁੰਦੀ ਸੀ ਮੇਰੀ ਮੰਮੀ ਮੇਰੇ ਤੋਂ ਫਿਰ ਬਹੁਤ ਝਿੜਕਾਂ ਪੈਂਦੀਆਂ ਮੰਮੀ ਕਹਿੰਦੇ ਚੱਲ ਠੀਕ ਹੈ ਤੂੰ ਨਹੀਂ ਜਾਣਾ ਨਾ ਅੱਜ ਰਹਿ ਕਰ ਅੱਜ ਸਾਰਾ ਦਿਨ ਤੇਰੇ ਤੋਂ ਘਰ ਦਾ ਕੰਮ ਕਰਾਉਣਾ ਫਿਰ ਅਗਲੇ ਦਿਨ ਤੂੰ ਚਲੀ ਜਾਂਦੀ ਕੁਝ ਖਾ ਤਾਂ ਲੋ ਵਿੱਚ ਮਤਲਬ ਤੁਸੀਂ ਖਾ ਹੀ ਨਹੀਂ ਰਹੇ ਮੈਂ ਸਪੈਸ਼ਲ ਸਾਈਕਲ ਵੀ ਲੈ ਕੇ ਆਉਂਦੀ ਹੁੰਦੀ ਸੀ ਮੈਂ ਸਲੇਟੀਆਂ ਸਾਈਕਲ ਵੀ ਦੇਖੋ ਪਿੱਛੇ
ਸਾਰੀ ਸਕੂਲ ਵਾਲੀ ਸਾਈਕਲ ਤੇ ਸਕੂਲ ਜਾਂਦੇ ਸੀ ਨਾ ਉਦੋਂ ਦੀ ਯਾਦਾਂ ਤਾਜ਼ਾ ਹੋ ਗਈਆਂ ਸਾਰੀਆਂ ਸਾਈਕਲ ਵੀ ਚਲਾਉਂਦੀ ਹੁੰਦੀ ਸੀ ਮੈਂ ਜਦੋਂ ਤੁਹਾਡਾ ਫਸਟ ਸੌਂਗ ਆਇਆ ਸੀ ਬੰਦਾ ਸ਼ਾਪਿੰਗ ਸ਼ੂਪਿੰਗ ਕਰਨ ਜਾਂਦਾ ਹੈ ਨਾ ਤੁਸੀਂ ਵੀ ਗਏ ਹੋਣੇ ਉਦੋਂ ਦੀ ਕੋਈ ਮੈਮਰੀ ਮੈਂ ਤਾਂ ਹੁਣ ਵੀ ਜਾਂਦੀ ਹਾਂ ਆਪਣੇ ਆਪ ਹੀ ਸ਼ਾਪਿੰਗ ਕਰਦੇ ਹੋ ਹੁਣ ਇੱਥੇ ਹੋ ਜਾਂਦਾ ਕਿ ਜਿੱਦਾਂ ਹੁਣ ਆਪਣੇ ਆਪਣੇ ਇੱਥੇ ਇੰਡੀਆ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਨਾ ਤੇ ਹੁਣ ਫਿਰ ਮੈਂ ਆਪ ਕੀ ਕਰਦੇ ਹਾਂ ਕੱਲ੍ਹ ਹੀ ਹਜੇ ਮੈਂ ਗਈ ਹਾਂ ਫੇਸ ਕਵਰ ਕਰਕੇ ਫੇਸ ਕਵਰ ਇਹ ਵੀ ਨਵਾਂ ਫੈਸ਼ਨ ਹੈ ਜੀ ਕਹਿੰਦੇ ਫੇਸ ਕਵਰ ਕਰ ਲਓ ਸਿਰ ਕਵਰ ਕਰ ਲਓ ਪਰ ਮੈਂ ਇੰਨੀ ਖੁਸ਼ ਹਾਂ ਨਾ ਕੱਲ੍ਹ ਦੀ ਪੂਰੀ ਮਸ਼ਰੀ ਹੋਈ ਹਾਂ ਕਿ ਅਸੀਂ ਕੱਲ੍ਹ ਗਏ ਸੂਟ ਲੈਣ ਗਏ ਸੀ ਮਾਰਕੀਟ 'ਚ ਨਾ ਸਕੂਟੀ 'ਤੇ ਸੀ ਅਤੇ ਆਪਾਂ ਜੀ ਸ਼ੋਪ ਵਾਲੇ ਕਹਿਣ ਲੱਗ ਗਏ ਉਹ ਕਿੰਨੀ ਦੇਰ ਅਸੀਂ ਮਤਲਬ ਉੱਥੇ ਖੜ੍ਹੇ ਰਹੇ ਉਹਨਾਂ ਨੂੰ ਡਾਊਟ ਹੋ ਗਿਆ ਨਾ ਅਤੇ ਮੇਰੇ ਨਾਲ ਮੇਰੀ ਫਰੈਂਡ 'ਚ ਹੀ ਕਹਿੰਦੇ ਇਹ ਕੋਈ ਸਿੰਗਰ ਹੈ ਅਤੇ ਅਸੀਂ ਗੱਲਾਂ ਕਰ ਲਓ ਸਿੰਗਰ ਅਸੀਂ ਨਹੀਂ ਇੱਦਾਂ ਕਿੱਦਾਂ ਹੋ ਸਕਦਾ ਹੈ ਨਾ ਸਿੰਗਰ ਤੇ ਅਸੀਂ ਕਦੇ ਵੀ ਨਹੀਂ ਹਾਂ ਕਦੇ ਵੀ ਨਹੀਂ ਗਾਣਾ ਹੀ ਨਹੀਂ ਹੁੰਦਾ ਉਸ ਤੋਂ ਬਾਅਦ ਚਲੋ ਉੱਥੋਂ ਆਪਾਂ ਨਿਕਲ ਗਏ ਜਦੋਂ ਮੈਂ ਬਾਹਰ ਨਿਕਲੀ ਨਾ ਜਿੱਦਾਂ ਹੈ ਨਾ ਮੇਰੀਆਂ ਸਿਰਫ ਆਈਜ਼ ਦੇਖ ਰਹੀਆਂ ਸੀ ਹੈ ਨਾ ਅਤੇ ਮੇਰੀਆਂ ਅੱਖਾਂ ਵੇਖ ਕੇ ਇੱਕ ਕੁੜੀ ਮੇਰੇ ਪਿੱਛੇ ਭੱਜੀ ਆਈ ਹੈ ਨਾ ਉਹ ਕਹਿੰਦੇ ਐਕਸਕਿਊਜ਼ ਮੀ ਤੁਸੀਂ ਕੌਰਵੀ ਹੋ ਮੈਂ ਕਿਹਾ ਲੈ ਫਸ ਗਈ I am Corby. ਫਿਰ ਮੈਂ ਉਹਨੂੰ ਦੱਸਤਾ ਕਹਿੰਦੀ ਤੁਸੀਂ ਫੇਸ ਤੇ ਕਵਰ ਕੀਤਾ ਹੋਇਆ ਕਿਉਂਕਿ ਮੈਨੂੰ ਫੇਸ ਦੇਖ ਕੇ ਸਾਰੇ ਆ ਜਾਣਗੇ ਫਿਰ ਮੈਂ ਸੋਚਿਆ ਕਿ ਯਾਰ ਇਹ ਤੇ ਪੰਗਾ ਹੀ ਹੋਣ ਵੀ ਪਰ ਜਿਹੜੇ ਉਹੀ ਹੈ ਨਾ ਜਿਹੜਾ ਜੇ ਦਿਲ 'ਚ ਪਿਆਰ ਹੋਵੇ ਤੇ ਮਤਲਬ ਪਛਾਣ ਹੀ ਲੈਂਦੇ ਨੇ ਸਾਰੇ ਹਾਂ ਅੱਖਾਂ ਨਾਲ ਵੀ ਪਛਾਣ ਲੈਂਦੇ ਨੇ ਮੇਰੇ ਘਰ ਦੇ ਵੀ ਮੈਨੂੰ ਪਛਾਣ ਲੈ ਮੈਂ ਮੂੰਹਾਂ ਟੱਕ ਜਾਂਦਾ ਮੈਨੂੰ ਟਿੱਡ ਤੋਂ ਪਛਾਣ ਲੈ ਇਹ ਮੋਟਾ ਸਾਡਾ ਮੁੰਡਾ ਇਹ ਸਾਡਾ ਪ੍ਰੋਡਕਟ ਮੈਂ ਵੀ ਪਛਾਣ ਲੈਣਾ ਹੁਣ ਜੇ ਕਿਤੇ ਦੇਖ ਕੇ ਨਾ ਇਹ ਤਾਂ ਸਾਡੀ ਕਿਸਮਤ ਦੀ ਗੱਲ ਹੈ ਹਾਂਜੀ ਹਰ ਕਿਸੇ ਦੀ ਲਾਈਫ 'ਚ ਨਾ ਇੱਕ ਦੇਸੀ ਪੰਚ ਹੁੰਦਾ ਜਿੱਦਾਂ ਮੇਰਾ ਦੇਸੀ ਪੰਚ ਰੋਟੀਆਂ ਖਾਣਾ ਖਾ ਪੀ ਕੇ ਆਪਣਾ ਹੈ ਨਾ ਮਤਲਬ ਮੇਰਾ ਦੇਸੀ ਪੰਚ ਇਹ ਮੇਰੇ ਸਾਹਮਣੇ ਪਿਆ ਤੁਹਾਡੀ ਲਾਈਫ ਦਾ ਦੇਸੀ ਪੰਚ ਕੀ ਹੈ ਸਾਡੇ ਦਰਸ਼ਕਾਂ ਨੂੰ ਦੱਸੋ ਮੇਰੀ ਲਾਈਫ ਦਾ ਦੇਸੀ ਪੰਚ ਇਦਾਂ ਮੈਂ ਵੈਸੇ ਸੋਚਦੀ ਰਹਿੰਦੀ ਹਾਂ ਜ਼ਿਆਦਾ ਤੇ ਖਾਣ ਪੀਣ ਦਾ ਸ਼ੌਂਕ ਤਾਂ ਸਾਰਿਆਂ ਨੂੰ ਹੁੰਦਾ ਹੀ ਆ ਆਪਾਂ ਦੇਸੀ ਪੰਚ ਕੀ ਮੈਂ ਤੁਹਾਨੂੰ ਦੱਸਾਂ ਆਪਾਂ ਬੰਦੇ ਹੀ ਦੇਸੀ ਹਾਂ ਜੀ ਹੈ ਨਾ ਮਤਲਬ ਮੇਰਾ ਰਹਿਣਾ ਸਹਿਣਾ ਜਾਂ ਉੱਦਾਂ ਚਲੋ ਕਈ ਵਾਰੀ ਜਿੱਦਾਂ ਸਕਰੀਨ 'ਤੇ ਬੰਦੇ ਨੂੰ ਲੱਗਦਾ ਹੈ ਨਾ ਬਟ ਉਹਦੇ ਤੋਂ ਬਿਲਕੁਲ ਮੈਂ ਡਿਫਰੈਂਟ ਹਾਂ ਤੁਸੀਂ ਮੇਰਾ ਜਿਹੜਾ ਕਣੀਆਂ ਗਾਣੇ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਮੈਂ ਜੋ ਹੈਗੀ ਹਾਂ ਜੋ ਮਤਲਬ ਦਿਖਾਇਆ ਹੋਇਆ ਉਹ ਰੀਅਲ 'ਚ ਹਾਂ ਬਸ ਇਹੀ ਆ ਕਿ ਦੇਸੀ ਬੰਦੇ ਹਾਂ ਕਣੀਆਂ ਆਹ ਜਿਹੜਾ ਸਟਾਈਲ ਹੈ ਨਾ ਕਣੀਆਂ ਹਾਂ ਵਧੀਆ ਲੱਗਦੀਆਂ ਨੇ ਤਾਂ ਹੀ ਕਰਕੇ ਮੈਂ ਇੰਨਾ ਟਾਈਮ ਸੌਂਗ ਦੇ ਵਿੱਚ ਕੱਢ ਲਿਆ ਨਾ ਜਿੱਦਾਂ 3-4 ਘੰਟੇ ਮੈਂ ਮਤਲਬ ਬਿਲਕੁਲ ਬੋਰ ਨਹੀਂ ਹੋਈ ਥੱਕੀ ਨਹੀਂ ਬਟ ਮੈਨੂੰ ਵਧੀਆ ਲੱਗਿਆ ਕਿ ਹਾਂ ਮੈਂ ਚਾਹੁੰਦੀ ਸੀ ਕਿ ਕੁਛ ਇਦਾਂ ਦਾ ਕਰੀਏ ਮਤਲਬ ਦਰਸ਼ਕਾਂ ਲਈ ਤੁਸੀਂ ਕੀ ਦੱਸਣਾ ਚਾਹੋਗੇ ਕਿ ਹਾਂ ਕਿਹੜੀ ਚੀਜ਼ ਤੁਹਾਨੂੰ ਬਹੁਤ ਜ਼ਿਆਦਾ ਇਨਸਪਾਇਰ ਕਰਦੀ ਹੈ ਕਿ ਹਾਂ ਮੈਂ ਹੋਰ ਨਵੀਂ ਚੀਜ਼ ਕੱਢ ਕੇ ਲਾਣੀ ਹੈ ਹੋਰ ਨਵੀਂ ਚੀਜ਼ ਕੱਢ ਕੇ ਲਾਣੀ ਕਿਹੜੀ ਚੀਜ਼ ਹੈ ਨਾ ਉਹ ਚੀਜ਼ ਮੇਰੇ 'ਚ ਰਹਿੰਦੀ ਆ ਹਰ ਟਾਈਮ ਹੈ ਨਾ ਇੱਕ ਉਹ ਹੋਣੀ ਚਾਹੀਦੀ ਆ ਨਾ ਜੇ ਬੰਦੇ ਦੇ ਵਿੱਚ ਕੋਈ ਸ਼ੌਂਕ ਹੋਏਗਾ ਜਨੂਨ ਹੋਏਗਾ ਤਾਂ ਹੀ ਉਹ ਕੰਮ ਕਰ ਪਾਏਗਾ ਕਈ ਵਾਰੀ ਇਦਾਂ ਹੁੰਦਾ ਕਿ ਕੋਈ ਆਪਾਂ ਨੂੰ ਕੁਛ ਕਹਿ ਦੇਵੇ ਹੈ ਨਾ ਕਿ ਯਾਰ ਇਹ ਚੀਜ਼ ਨਹੀਂ ਤੂੰ ਕਰ ਸਕਦੀ ਹੈ ਨਾ ਜਿੱਦਾਂ ਕਿਸੇ ਨੇ ਮੈਨੂੰ ਕਿਹਾ ਇੱਕ ਵਾਰ ਕਿ ਤੂੰ ਪੰਜਾਬੀ ਗਾਉਂਦੀ ਆ ਤੁਹਾਡੀ ਵੋਕਲ ਤੁਸੀਂ ਹਿੰਦੀ ਸੌਂਗ ਨਹੀਂ ਗਾ ਸਕਦੇ ਹੈ ਨਾ ਉਹੀ ਕੀੜਾ ਦਿਮਾਗ ਚੜਿਆ ਹੋਇਆ ਕਿਉਂਕਿ ਗਰਾਰੀ ਜਿੱਥੇ ਅੜਜੇ ਉੱਥੇ ਅੜਜਟਾਂ ਦੀ ਅੜ ਜਾਂਦੀ ਹੈ ਤਾਂ ਫਿਰ ਥੋੜ੍ਹੀ ਜਿਹੀ ਜਿੱਦੀ ਜੀ ਜੱਟੀ ਹਾਂ ਮੈਂ ਕਿ ਜਿਹੜਾ ਕੰਮ ਕਰਨਾ ਹੈ ਤਾਂ ਫਿਰ ਕਰਨਾ ਹੈ ਨਾ ਕਿ ਕਿਸੇ ਨੇ ਕਿਹਾ ਸੋ ਜਦੋਂ ਮੈਂ ਸ਼ੁਰੂ ਕੀਤਾ ਸੀ ਨਾ ਉਦੋਂ ਵੀ ਸਾਰਿਆਂ ਨੂੰ ਲੱਗਦਾ ਸੀ ਕਿ ਜਿੱਦਾਂ ਆਪਾਂ ਬਸ ਉਹੀ ਗਾਣੇ ਕਰਨੇ ਆ ਫਿਰ ਉਸ ਤੋਂ ਬਾਅਦ ਮੈਂ ਇੱਕ ਮਾਇੰਡ ਬਣਾਇਆ ਸੀ ਕਿ ਯਾਰ ਮੈਂ ਹਿੰਦੀ ਵੀ ਕਰਨੇ ਆ ਤਾਂ ਜਿੱਦਾਂ ਸੈਡ ਸੌਂਗ ਵੀ ਕਰਨੇ ਆ ਰੋਮੈਂਟਿਕ ਵੀ ਕਰਨੇ ਆ ਬੀਟ ਸੋ ਸਾਰੇ ਗਾਣੇ ਮੈਂ ਕੀਤੇ ਟਰਾਈ ਕੀਤਾ ਕਿ ਆਪਾਂ ਕਰੀਏ ਹੈ ਨਾ ਚਲੋ ਬੰਦਾ ਕੋਸ਼ਿਸ਼ ਕਰ ਸਕਦਾ ਨਾ ਕੋਸ਼ਿਸ਼ ਕਰਨੀ ਚਾਹੀਦੀ ਕਿਉਂਕਿ ਜੇ ਅਸੀਂ ਕੋਸ਼ਿਸ਼ ਕਰਾਂਗੇ ਤਾਂ ਹੀ ਅੱਗੇ ਵਧਾਂਗੇ ਵਰਸਟਾਈਲ ਹੋ ਗਏ ਤੁਸੀਂ ਹੈ ਨਾ ਤੇ ਹੁਣ ਉਹੀ ਨਾ ਟਰਾਈ ਕਰ ਰਹੇ ਹਾਂ ਸੋ ਜਦੋਂ ਮੰਨ ਲਓ ਕੋਈ ਕੁਝ ਲਿਖ ਵੀ ਦਵੇ ਥੱਲੇ ਕਿ ਇਦਾਂ ਨਹੀਂ ਇਦਾਂ ਤਾਂ ਫਿਰ ਉਹ ਇੱਕ ਜਿੱਦ ਬਣ ਜਾਂਦੀ ਕਿ ਇਦਾਂ ਕਿਦਾਂ ਹੋ ਸਕਦਾ ਤੁਸੀਂ ਜਿੱਦਾਂ ਤੁਸੀਂ ਕੋਈ ਪੋਸਟ ਪਾਉਂਦੇ ਹੋ ਥੱਲੇ ਕਮੈਂਟਸ ਪੜਦੇ ਹੋ ਕਿ ਹਾਂ ਕੌਣ ਕੀ ਕਰ ਫੀਡਬੈਕ ਲਈ ਹਾਂ ਪੜ੍ਹ ਲੈਂਦੀ ਜਦੋਂ ਫ੍ਰੀ ਹੁੰਦੇ ਆ ਪੜ੍ਹ ਲੈਂਦੇ ਇਹ 'ਚ ਕੋਈ ਵੱਡੀ ਗੱਲ ਨਹੀਂ ਮੈਂ ਇਹ ਨਹੀਂ ਕਹਿੰਦੀ ਕਿ ਨਹੀਂ ਜੀ ਟਾਈਮ ਨਹੀਂ ਹੈਗਾ ਮੈਂ ਪੜ੍ਹਦੀ ਨਹੀਂ ਹੈ ਨਾ ਜਦੋਂ ਟਾਈਮ ਹੁੰਦਾ ਇੰਨੇ ਵੀ ਵਿਹਲੇ ਵੀ ਹੋਈਦਾ ਆਪਾਂ ਬਿਜ਼ੀ ਹੋਈਦਾ ਉਹ ਇੱਕ ਅਲੱਗ ਗੱਲ ਆ ਫ੍ਰੀ ਵੀ ਹੁੰਦੇ ਆ ਤਾਂ ਫਿਰ ਮੈਂ ਪੜ੍ਹਦੀ ਹੁੰਦੀ ਹਾਂ ਥੋੜ੍ਹੇ ਦਿਨ ਪਹਿਲਾਂ ਤੁਸੀਂ ਆਨਲਾਈਨ ਹੋਏ ਸੀ ਰਾਤੀ ਜਦੋਂ ਤੁਸੀਂ ਆਪਣੇ ਟੂਰ ਬਾਰੇ ਦੱਸ ਰਹੇ ਸੀ ਰਾਤੀ ਹਾਂਜੀ ਰਾਤੀ ਜਦੋਂ ਤੁਸੀਂ ਆਨਲਾਈਨ ਹੋਏ ਸੀ ਮਤਲਬ ਜਦੋਂ ਕਮੈਂਟਸ ਆਉਂਦੇ ਥੱਲੇ ਬੋਲਦੇ ਬੋਲਦੇ ਯੂ ਆਰ ਸੋ ਕਿਊਟ ਯੂ ਦਿਸ ਉਦੋਂ ਕਿੱਦਾਂ ਦਾ ਫੀਲ ਹੁੰਦਾ ਹੈ ਕਿ ਹਾਂ ਆਪਣਾ ਮੈਸੇਜ ਵੀ ਕਨਵੇ ਕਰਨਾ ਹੈ ਥੱਲੇ ਕਮੈਂਟ ਵੀ ਆ ਰਹੇ ਥੋੜੀ ਜੀ ਫੀਲਿੰਗ ਤੇ ਹੁੰਦੀ ਹੈ ਨਾ ਹੈ ਨਾ ਕੁੜੀਆਂ ਨੂੰ ਵੈਸੇ ਵੀ ਸ਼ੌਂਕ ਹੁੰਦਾ ਕਿ ਆਪਣੀ ਤਾਰੀਫ ਸੁਣਨ ਦਾ ਮੇਰੇ ਤਾਂ ਵੈਸੇ ਮੈਨੂੰ ਲੱਗਦਾ ਕਿਤੇ ਨਾ ਕਿਤੇ ਹੈਗਾ ਕੁੰਡਲੀ 'ਚ ਆਪਣੀਆਂ ਤਾਰੀਫਾਂ ਸੁਣਨ ਦਾ ਸ਼ੌਂਕ
ਵਧੀਆ ਲੱਗਦਾ। ਸੋ ਕੁੜੀਆਂ ਸਾਰੀਆਂ ਨੂੰ ਵਧੀਆ ਲੱਗਦਾ, ਮੈਂ ਇਕੱਲੀ ਨਹੀਂ, ਪਰ ਦਿਲੋਂ ਕਰਨ ਸਾਰੇ ਤਾਂ ਵਧੀਆ ਗੱਲ ਆ। ਬਟ ਜੇ ਕੁਛ ਤੁਹਾਨੂੰ ਬੁਰਾ ਲੱਗਦਾ ਮੈਂ ਉਹ ਵੀ ਕਹਿੰਦੀ ਹਾਂ ਕਿ ਤੁਸੀਂ ਉਹ ਵੀ ਕਹੋ, ਹੈ ਨਾ, ਰਿਸਪੈਕਟ ਨਾਲ। ਮੈਂ ਇਕੱਲੀ ਨਹੀਂ, ਜਿੰਨੀਆਂ ਵੀ ਕੁੜੀਆਂ ਨੇ ਸਾਰਿਆਂ ਨਾਲ ਰਿਸਪੈਕਟ ਨਾਲ ਗੱਲ ਕਰੋ, ਰਿਸਪੈਕਟ ਨਾਲ ਉਹਨਾਂ ਨੂੰ ਕਹੋ ਜੋ ਵੀ ਕਹਿਣਾ ਚਾਹੇ। ਕੁਛ ਚੀਜ਼ ਚੰਗੀ ਲੱਗਦੀ ਆ ਕਿਉਂਕਿ ਸਾਰਿਆਂ ਦੀ ਆਪਣੀ ਆਪਣੀ ਥਿੰਕਿੰਗ ਆ, ਸਾਰੇ ਆਪਣਾ ਆਪਣਾ ਸੋਚਦੇ ਆ। ਜੇ ਤੁਹਾਨੂੰ ਲੱਗਦਾ ਕਿ ਕੋਈ ਚੀਜ਼ ਸਾਨੂੰ ਨਹੀਂ ਵਧੀਆ ਲੱਗ ਰਹੀ, ਤੁਸੀਂ ਸਾਨੂੰ ਦੱਸੋ, ਅਸੀਂ ਅੱਗੇ ਤੋਂ ਧਿਆਨ ਦੇਵਾਂਗੇ। ਪਰ ਵਧੀਆ ਲੱਗਦਾ ਜਦੋਂ ਸਾਰੇ ਪਿਆਰ ਕਰਦੇ। ਵਧੀਆ ਲੱਗ ਰਹੀ ਆ ਉਹ ਵੀ ਦੱਸੋ, ਤੁਹਾਨੂੰ ਬਿਰਿਆਨੀ ਕਿੱਦਾਂ ਦੀ ਲੱਗੀ? ਮੈਨੂੰ ਤਾਂ ਵਧੀਆ ਲੱਗੀ। ਹਾਂ, ਤੁਹਾਨੂੰ ਮੈਂ ਪੁੱਛਣਾ ਕਿ ਤੁਹਾਨੂੰ ਕਿੱਦਾਂ ਲੱਗਾ, ਤੁਹਾਨੂੰ ਮਿਲਣਾ। ਮੇਰੇ ਹਿਸਾਬ ਨਾਲ ਤੁਹਾਨੂੰ ਜੋ ਵੀ ਲਿਆ ਕੇ ਦੇ ਦੇ, ਤੁਹਾਡੇ ਸਾਰੇ ਅੰਦਰ ਚਲੇ ਜਾਣਾ। ਮੇਰੇ ਫੈਨਸ ਲਈ ਲਾਸਟ ਮੈਸੇਜ ਸਾਰਿਆਂ ਦਾ ਇੱਥੋਂ ਦਿਲ ਤੋਂ ਥੈਂਕਸ ਕਰਦੀ ਹਾਂ ਕਿ ਤੁਸੀਂ ਇੰਨਾ ਪਿਆਰ ਦਿੱਤਾ ਮੈਨੂੰ, ਅਤੇ ਇਹ ਤੁਹਾਡਾ ਪਿਆਰ ਹੈ ਜੀ ਜਿਹੜਾ ਅੱਜ ਮੈਨੂੰ, ਮੈਂ ਇੱਥੇ ਬੈਠੀ ਹਾਂ ਅਤੇ ਤੁਸੀਂ ਇੰਨੇ ਪਿਆਰੇ ਪਿਆਰੇ ਸਵਾਲ ਮੈਨੂੰ ਪੁੱਛ ਰਹੇ ਹੋ, ਅਤੇ ਕੌਰ ਵੀ ਤੁਸੀਂ ਬਣਾਇਆ ਜੀ, ਤੁਹਾਡੇ ਕਰਕੇ ਹੀ ਆ ਸਾਰਾ ਕੁਛ। ਅਤੇ ਜਿਵੇਂ ਤੁਸੀਂ ਹੁਣ ਤੱਕ ਮੈਨੂੰ ਇੰਨਾ ਪਿਆਰ ਦਿੱਤਾ ਮੇਰੇ ਗਾਣਿਆਂ ਨੂੰ, ਅੱਗੇ ਵੀ ਐਵੇਂ ਹੀ ਪਿਆਰ ਕਰਦੇ ਰਹੋ। ਕੁਛ ਵੀ ਤੁਹਾਨੂੰ ਬੁਰਾ ਵੀ ਲੱਗੇ ਤਾਂ ਤੁਸੀਂ ਮੈਨੂੰ ਆਪਣੀ ਸਲਾਹ ਦੇ ਸਕਦੇ ਹੋ। ਅਤੇ ਦੂਜੀ ਗੱਲ, ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਨਸ਼ਿਆਂ ਤੋਂ ਦੂਰ ਰਹੋ, ਸਪੈਸ਼ਲੀ ਸਾਰਿਆਂ ਨੂੰ, ਮੁੰਡਿਆਂ ਨੂੰ ਵੀ, ਕੁੜੀਆਂ ਨੂੰ ਵੀ। ਅਤੇ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਿਆ ਕਰੋ, ਕਿਉਂਕਿ ਉਹਨਾਂ ਤੋਂ ਬਿਨਾਂ ਅਸੀਂ ਕੁਛ ਨਹੀਂ ਹਾਂ। ਕਿਉਂਕਿ ਜੇ ਪੇਰੈਂਟਸ ਨਾਲ ਨਹੀਂ, ਤਾਂ ਮੇਰੇ ਖਿਆਲ ਨਾਲ ਕਿ ਬੰਦਾ ਜ਼ਿੰਦਗੀ 'ਚ ਕੁਛ ਨਹੀਂ ਕਰ ਸਕਦਾ। ਸੋ ਚੰਗੇ ਕੰਮ ਕਰੋ। ਬਿਲਕੁਲ ਸਹੀ ਗੱਲ ਕਹੀ ਇਹਨਾਂ ਨੇ, ਨਸ਼ਿਆਂ ਤੋਂ ਰਹੋ ਦੂਰ, ਤੇ ਖਾਣ ਪੀਣ ਦੇ ਰਹੋ ਨੇੜੇ। ਬਿਰਿਆਨੀ ਦੇ ਰਹੋ ਨੇੜੇ। ਐਟ ਲੀਸਟ ਮਾਪਿਆਂ ਨੂੰ ਇਹ ਤਾਂ ਲੱਗਦਾ ਬੰਦਾ ਚਲੋ ਨਸ਼ੇ ਤਾਂ ਨਹੀਂ ਕਰ ਰਿਹਾ, ਖਾਈ ਜਾ ਰਿਹਾ, ਕੋਈ ਚੱਕਰ ਨਹੀਂ। ਪਰ ਇੰਨਾ ਵੀ ਨੇੜੇ ਨਾ ਰਹੋ ਖਾਣ ਪੀਣ ਦੇ ਕਿ ਬੰਦਾ ਆਪਣੀ ਸਿਹਤ ਦਾ ਵੀ ਧਿਆਨ ਰੱਖੇ। ਬਿਲਕੁਲ ਸਹੀ ਗੱਲ ਕਹੀ ਹੈ ਤੁਸੀਂ। ਮੈਂ ਫਿਰ ਉਹੀ ਗੱਲ ਕਹੀ ਹੈ, ਮੁੰਡਿਆਂ ਰਿਸ਼ਤੇ 'ਚ ਪ੍ਰੋਬਲਮ ਆ ਜਾਣੀ ਆ, ਵੇਖ ਲਾ। ਮੈਂ ਥੈਂਕ ਯੂ, ਜੇ ਤਰੀ ਕਵਰ ਕਰ ਰਿਹਾ ਸੀ। ਜੇ ਰਿਸ਼ਤਾ ਕਰਾਉਣਾ ਤਾਂ ਫਿਰ ਘੱਟ ਖਾਣਾ ਘੱਟ ਕਰ ਦਿਓ। ਤੁਸੀਂ ਫਿਰ ਇੱਕ ਵਾਅਦਾ ਕਰੋ। ਓਕੇ, ਜੇ ਅਸੀਂ ਹੋ ਗਏ ਪਤਲੇ, ਹੈਨਾ, ਮਿੱਠਾ ਮਿੱਠਾ ਖਾ ਕੇ ਐਂਡ ਕਰਦੇ ਆ ਅੱਜ ਦੇ ਸ਼ੋਅ ਦਾ। ਗੱਭਰੂ ਦੇ ਢਾਬੇ ਦੇ ਵਿੱਚ ਤੁਸੀਂ ਆਏ, ਤੁਸੀਂ ਨਮਕੀਨ ਖਾਇਆ, ਮੈਂ ਮਿੱਠਾ ਖਾਇਆ, ਫਿਰ ਐਂਡ ਕਰਦੇ ਆ ਅੱਜ ਦੇ ਸ਼ੋਅ ਦਾ। ਸਾਰਿਆਂ ਨੂੰ ਦੇਸੀ ਪੰਜ ਖਾ ਕੇ, 1 2 3 ਦੇਸੀ ਪੰਜ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਜ।